ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸ ਪੁਲਿਸ ਵੱਲੋਂ ਜੇਲ੍ਹ ਤੋਂ ਲਿਆਂਦੇ ਖਤਰਨਾਕ ਬਦਮਾਸ਼ ਦਿਲਪ੍ਰੀਤ ਸਿੰਘ ਉਰਫ ਬਾਬਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਇਹਨਾਂ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹਨ, ਜਿਸ ਨੂੰ ਲੈ ਕੇ ਐਡੀਸ਼ਨਲ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ 'ਚ ਇਹਨਾਂ ਦੀ ਪੇਸ਼ੀ ਕੀਤੀ ਗਈ। ਅਦਾਲਤ ਨੇ ਮਾਮਲੇ ਦੀ ਸੁਣਵਾਈ 7 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਇਸ ਸੰਬੰਧੀ ਪੁਲਿਸ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਦਿਲਪ੍ਰੀਤ ਬਾਬਾ ਨੂੰ ਸ਼ਾਹਕੋਟ ਥਾਣੇ ਵਿੱਚ ਦਰਜ 307, 325, 148, 149 ਅਤੇ 506 ਦੇ ਮਾਮਲੇ ਵਿੱਚ ਅਦਾਲਤ 'ਚ ਪੇਸ਼ ਕੀਤਾ ਗਿਆ ਹੈ। ਸਾਡੇ ਜਲੰਧਰ ਦਿਹਾਤੀ ਦੇ ਵਿੱਚ ਸ਼ਾਹਕੋਟ ਥਾਣੇ 'ਚ FIR ਨੰਬਰ 121 ਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਸੀਗਾ ਔਰ ਅੱਜ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਸ਼੍ਰੀ ਦਰਬਾਰੀ ਲਾਲ ਐਡੀਸ਼ਨਲ ਸੈਸ਼ਨ ਜੱਜ ਦੀ ਕੋਰਟ ਜੀ 'ਤੇ ਪੇਸ਼ ਕੀਤਾ। ਉੱਥੇ ਅੱਜ ਇਹਨਾਂ ਦਾ ਚਾਰਜ ਦੀ ਡੇਟ ਸੀਗੀ, ਉਸ ਕਰਕੇ ਇਹਨਾਂ ਨੂੰ ਲਿਆਂਦਾ ਦਿਲਪ੍ਰੀਤ ਬਾਬਾ, ਸੁਰਿੰਦਰਪਾਲ ਮੰਗਾ ਅਤੇ ਹਰਜੀਤ ਸੋਨੂ, ਇਹਨਾਂ ਦੀ ਇਸ ਕੇਸ 'ਚ ਅਰੈਸਟ ਪਈ ਹੋਈ ਅੰਡਰ ਸੈਕਸ਼ਨ 307 ਦੇ ਵਿੱਚ ਔਰ ਸੋਢੀ ਨਾਂ ਦਾ ਮੁੰਡਾ ਸੀ ਜਿਹਦੇ ਇਹਨਾਂ ਨੂੰ ਬਿਆਨ ਦੇ ਵਿੱਚ ਪਰਚਾ ਦਰਜ ਹੋਇਆ ਸੀ। ਉਹਦੀ 307 ਹੈਗੀ ਆ, 325 ਹੈਗੀ ਆ, 148, 149 ਔਰ 506 ਔਰ ਇਹਦੇ ਵਿੱਚ ਹੈਗਾ ਇਹਨਾਂ ਦੇ ਚਾਰਜ। ਅੱਜ ਚਾਰਜ ਦੀ ਹੀ ਡੇਟ ਹੈਗੀ ਆ, ਉਹਦੇ 'ਚ ਹਾਲੇ ਕੋਰਟ ਦੇ ਵਿੱਚ ਹੈਗਾ, ਅਗਲੀ ਡੇਟ ਤੋਂ ਹੁਣ ਤੁਹਾਨੂੰ ਪਤਾ ਲੱਗੇਗਾ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।